ਸਾਲ ਪਹਿਲਾਂ ਪੰਜਾਬੀ ਫਿਲਮ ਮੁੰਡੇ ਯੂਕੇ ਦੇ ਰਿਲੀਜ਼ ਹੋਈ ਸੀ ਤੇ ਇੱਕ ਵਾਰੀ ਫੇਰ ਇਸ ਫਿਲਮ ਦਾ ਸੀਕਵਲ ਆ ਰਿਹਾ ਆਗੇ ਮੁੰਡੇ ਯੂਕੇ ਦੇ ਜਿਸ ਦੀ ਅਨਾਉਂਸਮੈਂਟ ਚੰਡੀਗੜ੍ਹ ਵਿੱਚ ਕੀਤੀ ਗਈ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਫਿਲਮ ਦੇ ਲੀਡ ਐਕਟਰ ਜਿਮੀ ਸ਼ੇਰਗਿੱਲ ਤੇ ਫਿਲਮ ਦੇ ਪ੍ਰੋਡਿਊਸਰ ਵੈਲਕਮ ਟੂ ਡੀ ਐਨ ਆਈ ਯੂ थैंक यू ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਤੇ ਪਿਛਲੀ ਵਾਰ ਇਟ ਵਾਸ ਅ ਵੈਰੀ ਗੁੱਡ ਕਾਮੇਡੀ ਤੇ ਜਿਹਨੂੰ ਕਹਨੇ ਕਿ ਪ੍ਰੋਪਰ ਕਾਮੇਡੀ ਸੀ ਮਨਮੋਹਨ ਸਿੰਘ ਨੇ ਦਿਖਾਈਏ ਤੇ ਤੁਹਾਡਾ ਰੋਲ ਵੀ ਐਪਰੀਸ਼ੀਏਟ ਕੀਤਾ ਗਿਆ ਇਸ ਵਾਰੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਫਿਲਮ ਹੋਏਗੀ ਕਿਸ ਤਰ੍ਹਾਂ ਦੀ ਕਾਮੇਡੀ ਹੋਏਗੀ ਉਹ ਜਿਹੜੇ ਮੁੰਡੇ ਯੂਕੇ ਦੇ ਵਾਸ ਜਸ ਸਿਰਫ ਕਾਮੇਡੀ ਨਹੀਂ ਸੀਗੀ ਉਹ ਉਹਦੇ ਵਿੱਚ ਫੈਮਿਲੀ ਇਮੋਸ਼ਨਸ ਸੀਗੇ ਡਰਾਮਾ ਸੀ ਮਨਜੀ ਦੀ ਹਰ ਫਿਲਮ ਦੇ ਵਿੱਚ ਹੁੰਦਾ ਹੈ ਸੋ ਐਤਕੀ ਉਹੀ ਚੀਜ਼ ਤੁਸੀਂ ਲਾ ਲਓ ਕਿ ਮੇਬੀ ਟ्वाइस ਹੋਰ ਹੋਊਗੀ ਜੀ ਸੋ ਡਬਲ ਹੋ ਜੂਗਾ ਡਬਲ ਐਂਟਰਟੇਨਮੈਂਟ ਹੋਊਗਾ ਐਤਕੀ ਕਿਉਂਕਿ ਇਹਦੇ ਵਿੱਚ ਡਰਾਮਾ ਵੀ ਹੈਗਾ ਇਹਦੀ ਸਟੋਰੀ ਜਿਹੜੀ ਹੈਗੀ ਬੜੀ ਇੰਟਰਸਟਿੰਗ ਹੈਗੀ ਇਹ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਕਰੀਨ ਪਲੇ ਦੇ ਵਿੱਚ ਨਹੀਂ ਵਧੀਆ ਹੈਗੀਆਂ ਨੇ ਕਿ ਕੁਝ ਤੁਹਾਨੂੰ ਸ਼ੌਕਿੰਗ 엘ਮੈਂਟਸ ਵੀ ਲੱਗਣਗੇ ਤੇ ਜਿਹੜੇ ਕਿਰਦਾਰ ਸਾਡੇ ਸੀਗੇ ਪਿਛਲੀ ਵਾਰੀ ਇੱਕ ਟੋਨ ਤੇ ਚੱਲ ਰਹੇ ਸੀਗੇ ਜਿਹੜੇ ਆਏ ਸੀ ਮੁੰਡੇ ਐਥ ਕੀ ਉਹਨਾਂ ਦੇ ਵਿੱਚ ਵੇਰੀਏਸ਼ਨ ਵੀ ਹੈਗੀ ਹੈ ਹਾਂਜੀ ਇਸ ਫਿਲਮ ਲਈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੜੇ ਟੋਨ ਕਰਦਾ ਸੀ ਇਸ ਵਾਰ ਵੇਰੀਏਸ਼ਨਸ ਹੈ ਤੇ ਬੀਇੰਗ ਦ ਕੈਰੈਕਟਰ ਆਫ ਦ ਫਿਲਮ ਤੁਹਾਨੂੰ ਕੋਈ ਸਪੈਸ਼ਲ ਵਰਕਸ਼ਾਪ ਜਾਂ ਕੋਈ ਉਹਨਾਂ ਨਾਲ ਮਨਜੀ ਨਾਲ ਬੈ ਕੇ ਤੁਹਾਨੂੰ ਕੋਈ ਸਪੈਸ਼ਲ ਤਿਆਰੀ ਕਰਨੀ ਪਈ ਇਸ ਕੈਰੈਕਟਰ ਲਈ ਹਰ ਫਿਲਮ ਲਈ ਤੁਸੀਂ ਡਾਇਰੈਕਟਰ ਦੇ ਨਾਲ ਬੈ ਕੇ ਤੁਸੀਂ ਸਾਰੀ ਪਲੈਨਿੰਗ ਕਰਦੇ ਹੋ ਕਿ ਜੀ ਲੋਕੇ ਦੀ ਕਿਸ ਟਾਈਪ ਦੀ ਹੋਊਗੀ ਸਾਰਾ ਕੁਝ ਹੋਊਗਾ ਹਰ ਸੀਨ ਤੋਂ ਪਹਿਲਾਂ ਵੀ ਅਸੀਂ ਬੈਨੇ ਆ ਜਦੋਂ ਫਾਈਨਲੀ ਅਸੀਂ ਸ਼ੂਟ ਕਰਨ ਜਾਂਦੇ ਆ ਉਦੋਂ ਵੀ ਹਰ ਸੀਨ ਤੋਂ ਪਹਿਲਾਂ ਬੈਠੀਦਾ ਹੁੰਦਾ ਹੈ ਸੋ ਆਈ ਥਿੰਕ ਦੈਟਸ ਦ ਪ੍ਰੋਸੈਸ ਆਫ ਫਿਲਮ ਮੇਕਿੰਗ ਹੈ ਜਿਸ ਤਰ੍ਹਾਂ ਪੰਜਾਬੀ ਫਿਲਮਾਂ 'ਚ ਜਿਹੜਾ ਟ੍ਰੈਂਡ ਹੈ ਕਾਮੇਡੀ ਦਾ ਹਾਵੀ ਹੈ ਫਿਲਹਾਲ ਹੋਰ ਕਈ ਸੀਰੀਅਸ ਸਿਨੇਮਾ ਵੀ ਆ ਰਿਹਾ ਤੇ ਤੁਹਾਨੂੰ ਲੱਗਦਾ ਕਿ ਇਸ ਫਿਲਮ 'ਚ ਜਿਹੜਾ ਕਾਮੇਡੀ ਦੇ ਟ੍ਰੈਂਡ ਨੂੰ ਵੇਖਦੇ ਹੋਏ ਜਿਹੜਾ ਕਾਮੇਡੀ ਦਾ ਐਲੀਮੈਂਟ ਹੈ ਉਹ ਥੋੜਾ ਪਿਛਲੇ ਵਾਰ ਨਾਲੋਂ ਕੁਝ ਜ਼ਿਆਦਾ ਰੱਖਿਆ ਜਾਏਗਾ ਨਹੀਂ ਜੀ ਆਈ ਥਿੰਕ ਮਨਜੀਤ ਦੀ ਫਿਲਮਾਂ 'ਚ ਇੱਕ ਹਿਊਮਰ ਹੁੰਦਾ ਹੈ ਜਿਹੜਾ ਇਨਹੇਰੈਂਟ ਹੁੰਦਾ ਹੈ ਉਹ ਕੋਈ ਅਸੀਂ ਜਿਹੜਾ ਸਲੈਪਸਟਿਕ ਹੁੰਦਾ ਹੈ ਉਹ ਕਦੇ ਮਨਜੀਤ ਹੋਣ ਨਹੀਂ ਦਿੰਦੇ ਕਦੇ ਵੀ ਤੁਸੀਂ ਆਪਣੇ ਕਿਰਦਾਰ ਤੋਂ ਬਾਹਰ ਨਹੀਂ ਜਾ ਸਕਦੇ ਆਈ ਥਿੰਕ ਉਹ ਅੰਦਰ ਇਨਹੈਰੈਂਟ ਹਿਊਮਰ ਜਦੋਂ ਫਿਲਮ ਦੇ ਵਿੱਚ ਹੁੰਦਾ ਹੈ ਉਹਦੇ ਨਾਲ ਲੋਕੀ ਐਂਟਰਟੇਨ ਹੁੰਦੇ ਨੇ ਬਾਕੀ ਸਲੈਪਸਟਿਕ ਵਰਕਡ ਫॉर ਸਮ ਟਾਈਮ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਾਮੇਡੀ ਵਰਕ ਨਹੀਂ ਕਰ ਰਹੀ ਲੋਕੀ ਹੁਣ ਥੀਏਟਰਾਂ 'ਚ ਨਹੀਂ ਜਾ ਰਹੇ ਨੇ 35 37 ਫਿਲਮਾਂ ਜਿਹੜੀਆਂ ਹੈਗੀਆਂ ਨੇ ਉਹ ਰਿਲੀਜ਼ ਹੋਈਆਂ ਨੇ ਪਰ ਜਦੋਂ ਵੀ ਕੋਈ ਚੰਗੀ ਫਿਲਮ ਆਊਗੀ ਲੋਕੀ ਜ਼ਰੂਰ ਆਣਗੇ ਉਹਨੂੰ ਦੇਖਣ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਫਿਲਮ ਦੇ ਵਿੱਚ ਮੈਂ ਕਹਿੰਨਾ ਜੇ 10 ਬੰਦੇ ਪਹਿਲੇ ਦਿਨ ਜਾਣ ਉਹ ਜਾ ਕੇ ਲੋਕਾਂ ਨੂੰ ਦੱਸਣਗੇ ਯਾਰ ਫਿਲਮਾਂ ਦੇ ਵਿੱਚ I think that is what is important ਕਿ ਇੱਕ ਕੰਪਲੀਟ ਐਂਟਰਟੇਨਰ ਜਿਹੜਾ ਹੁੰਦਾ ਹੈ ਜਿਸ ਦੇ ਵਿੱਚ ਡਰਾਮਾ ਵੀ ਹੋਏ ਇਮੋਸ਼ਨਸ ਵੀ ਹੋਣ ਸਾਰਾ ਰੋਮਾਂਸ ਵੀ ਹੋਵੇ ਉਹ ਮੰਜੀ ਦੀ ਫਿਲਮਾਂ ਦੇ ਵਿੱਚ ਹਮੇਸ਼ਾ ਹੁੰਦਾ ਜਦੋਂ ਵੀ ਉਹ ਫਿਲਮ ਬਣਾਉਂਦੇ ਨੇ ਉਹਦੇ ਵਿੱਚ ਤੁਸੀਂ ਦੇਖੋਗੇ ਬਹੁਤ ਵਧੀਆ ਲਵ ਸਟੋਰੀ ਹੁੰਦੀ ਹੈ ਫੈਮਿਲੀ ਦਾ ਡਰਾਮਾ ਹੁੰਦਾ ਹੈ ਇਸ਼ੂਜ਼ ਜਿਹੜੇ ਹੈਗੇ ਨੇ ਅੱਜ ਦੇ ਉਹਨਾਂ ਨੂੰ ਉਹ ਟੱਚ ਕਰਦੇ ਨੇ ਪਲੱਸ देयर इज ਆਬਵੀਅਸਲੀ ਮੁੰਡੇ ਯੂਕੇ ਦੇ ਸੋ देयर विल बी ਅ ਸੈਂਸ ਆਫ ਹਿਊਮਰ ਆਲਸੋ राइट एक एलिमेंट ऑफ ह्यूमर वी ਹੋਊਗਾ ਬਟ ਦੈਟਸ ਨਾਟ ਦੀ ਓਨਲੀ ਥਿੰਗ ਇਟ ਹੈਜ਼ ਅ ਸਟੋਰੀ ਇਟ ਵਿਲ ਹੈਵ ਅ ਬਿਗਨਿੰਗ ਇਟ ਵਿਲ ਹੈਵ ਅ ਐਂਡ ਇਸ ਫਿਲਮ ਮੇਰੇ ਨਾਲ ਮੌਜੂਦ ਨੇ ਆਗੇ ਮੁੰਡੇ ਯੂਕੇ ਦੇ ਡਾਇਰੈਕਟਰ ਸਰਦਾਰ ਮਨਮੋਹਨ ਸਿੰਘ ਜਿਨਦੀ ਮੁੰਡੇ ਯੂਕੇ ਦੇ ਫਿਲਮ ਨੂੰ ਕਾਫੀ ਐਪਰੀਸ਼ੀਏਟ ਕੀਤਾ ਗਿਆ ਤੇ ਹੁਣ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਜਿਹੜੀ ਫਿਲਮ ਹੈ ਕਿਸ ਡਿਫਰੈਂਸ ਨਾਲ ਲੋਕਾਂ ਅੱਗੇ ਆਏਗੀ ਵੈਲਕਮ ਟੂ ਡੇ ਐਂਡ ਨਾਈਟ న్యూਸ ਹਾਂਜੀ ਇਹ ਫਿਲਮ ਹੈ ਆਗੇ ਮੁੰਡੇ ਯੂਕੇ ਦੇ ਲਾਸਟ ਫਿਲਮ ਦਾ ਟਾਈਟਲ ਸੀ ਮੁੰਡੇ ਯੂਕੇ ਦੇ ਜੀ ਸੋ ਜਿਵੇਂ ਕਿ ਟਾਈਟਲ ਹੈ ਉਸ ਦੇ ਹਿਸਾਬ ਨਾਲ ਉਸ ਫਿਲਮ ਦਾ ਫਲੇਵਰ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਏਗਾ ਜੀ ਲੇਕਿਨ ਜਿਹੜੇ ਦੋ ਕੈਰੈਕਟਰਸ ਬਣੋ ਆਏ ਸੀ ਉਸ ਫਿਲਮ ਦੇ ਵਿੱਚ ਉਹ ਇਹਦੇ ਵਿੱਚ ਥੋੜੇ ਜਿਹਾ ਡਿਫਰੈਂਟ ਸ਼ੇਡਸ ਨਾਲ ਨਜ਼ਰ ਆਉਣਗੇ ਉਹਦੇ ਵਿੱਚ ਕਈ ਸ਼ੇਡਸ ਨੇ ਉਹਦੇ ਵਿੱਚ ਸਿੰਗਲ ਟਰੈਕ ਸੀਗਾ ਇਹਦੇ ਵਿੱਚ ਕਈ ਟਰੈਕਸ ਨੇ ਸੋ ਇੱਕ ਐਕਸਟਰਾ ਹੋਏਗਾ ਜੋ ਉਹਦੇ ਨਾਲੋਂ ਕਿਉਂਕਿ ਬਿਲਕੁਲ ਵੀ ਉਸੇ ਨੂੰ ਫੋਲੋ ਕਰਨਾ ਠੀਕ ਨਹੀਂ ਹੈ ਇੱਕ ਡਿਫਰੈਂਟ ਸਬਜੈਕਟ ਡਿਫਰੈਂਟ ਕੈਰੈਕਟਰਸ ਵਿਦ ਡਿਫਰੈਂਟ ਸ਼ੇਡਸ ਕੁਝ ਹੋਰ ਨਵੇਂ ਕੈਰੈਕਟਰਸ ਫਿਲਮ ਚਾਹੀਏ ਜੀ ਔਰ ਉਸੇ ਤਰ੍ਹਾਂ ਦਾ ਇੱਕ ਹਿਊਮਰ ਜਿਹੜਾ ਹੈ ਜਿਹੜਾ ਉਸ ਫਿਲਮ 'ਚ ਸੀਗਾ ਉਸੇ ਨੂੰ ਲੈ ਕੇ ਇੱਕ ਡਿਫਰੈਂਟ ਤਰ੍ਹਾਂ ਦਾ ਲੋਕਾਂ ਦੇ ਸਾਹਮਣੇ ਆਏਗਾ ਜੀ ਤੁਹਾਡੇ ਫਿਲਮਾਂ ਚ ਰਿਸ਼ਤੇ ਦੀ ਗੱਲਾਂ ਕੀਤੀ ਗਈਆਂ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਆਪਾਂ ਜੀ ਸਪੈਸ਼ਲੀ ਕਾਮੇਡੀ ਦੀ ਗੱਲ ਕਰੀਏ ਇਸ ਫਿਲਮ ਚ ਕਾਮੇਡੀ ਦਾ ਕਾਮੇਡੀ ਦਾ ਵੀ ਟੈਂਜ ਹੋਵੇਗਾ ਤੇ ਤੁਸੀਂ ਇਸ ਲਈ ਵੀ ਕਾਮੇਡੀ ਵੱਲ ਆ ਰਹੇ ਹੋ ਕਿਉਂਕਿ ਅੱਜਕੱਲ ਇਸ ਦਾ ਟ੍ਰੈਂਡ ਹੈ ਲੇਖੋ ਜੀ ਕਾਮੇਡੀ ਦਾ ਜਿੱਤ ਤਾਲੁਕ ਹੈ ਮੇਰਾ ਖਿਆਲ ਮੈਂ ਜਦੋਂ ਮੁੰਡੇ ਯੂਕੇ ਤੇ ਬਣਾਈ ਸੀਗੀ ਉਹ ਆਪਣੇ ਤਰ੍ਹਾਂ ਦੀ ਪਹਿਲੀ ਫਿਲਮ ਸੀ ਐਕਚੁਅਲੀ ਕਾਮੇਡੀ ਫਿਲਮ ਜਦੋਂ ਬਣਾਈ ਹੈ ਬਿਲਕੁਲ ਔਰ ਉਹ ਜਿਹੜਾ ਹਿਊਮਰ ਸੀਗਾ ਉਸ ਦੀ ਜਿਹੜੀ ਸੈਂਸਿਬਿਲਿਟੀ ਸੀਗੀ ਮੇਰਾ ਖਿਆਲ ਅੱਛੇ ਫਿਲਮਾਂ ਬਣੀਆਂ ਨੇ ਮੈਂ ਇਹ ਨਹੀਂ ਕਹਿੰਦਾ ਲੇਕਿਨ ਇਹਨਾਂ ਸਾਰਿਆਂ ਨੂੰ ਅਜੀਬ ਵੀ ਵੱਖਰੀ ਸੀ ਬਹੁਤ ਔਰ ਉਹ ਜਿਹੜੀ ਲੋਕਾਂ ਦੇ ਜੀ ਸੀ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਸੀਗਾ ਆਈ ਏਮ ਸ਼ੋਰ ਇਸ ਫਿਲਮ ਦਾ ਕਿਉਂਕਿ ਅਸੀਂ ਹੋਰ ਅੱਗੇ ਜਾ ਰਹੇ ਹਾਂ ਕਿ ਹੋਰ ਡਿਫਰੈਂਟ ਸ਼ੇਡ ਲੈ ਕੇ ਆ ਰਹੇ ਹਾਂ ਔਰ ਲੋਕ ਇਸ ਫਿਲਮ ਨੂੰ ਇੱਕ ਬਹੁਤ ਖੂਬਸੂਰਤ ਨਜ਼ਰ ਨਾਲ ਦੇਖਣਗੇ ਮਨਜੀਤ ਸਾਡੇ ਨਾਲ ਗੱਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ ਯੂ ਪੰਜਾਬੀ ਫਿਲਮ ਮੁੰਡੇ ਯੂਕੇ ਦੀ ਗੱਲ ਕਰੀਏ ਉਸ ਫਿਲਮ ਚ ਯੂਕੇ ਤੋਂ ਦੋ ਮੁੰਡੇ ਆਏ ਸੀ ਇੱਕ ਤਾਂ ਸੀਗੇ ਜਿਮੀ ਸ਼ੇਰਗਿਲ ਇੱਕ ਸੀਗੇ ਗੁਰਪ੍ਰੀਤ ਕੋਗੀ ਜਿਨ੍ਹਾਂ ਨੇ ਹਸਾ ਹਸਾ ਬੰਦੇ ਲੰਮੇ ਪਾਤੇ ਤੇ ਅੱਗੇ ਮੁੰਡੇ ਯੂਕੇ ਦੇ ਇਹ ਸੀਕਵਲ ਹੈ ਉਸੇ ਫਿਲਮ ਦਾ ਜਿਸ ਵਿੱਚ ਗੁਰਪ੍ਰੀਤ ਕੋਗੀ ਨਜ਼ਰ ਆਣਗੇ ਹੋਰ ਵੀ ਇੰਟਰਸਟਿੰਗ ਕਿਰਦਾਰ ਚ ਪਾਜੀ ਵੈਲਕਮ ਟੂ ਡੇ ਐਂਡ ਨਾਈਟ న్యూਸ ਮੈਂ ਵੀ ਕਿਦਰ ਤੁਹਾਡਾ ਬਹੁਤ ਬਹੁਤ ਤਾਣਵਾਦ ਕਰਦੇ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਗੱਲ ਕਰਨ ਦਾ ਇੰਡੀਆ ਆ ਕੇ মিডিਆ ਨਾਲ ਗੱਲ ਕਰਨ ਦਾ ਸਵਾਦ ਵਧਾਉਂਦਾ ਹੈ ਮਜਾ ਆਉਂਦਾ ਹੈ ਮੈਨੂੰ ਜਿਸ ਡਾਇਲੈਕਟ ਨਾਲ ਜਿਸ ਤਰੀਕੇ ਨਾਲ ਤੁਸੀਂ ਉਸ ਫਿਲਮ 'ਚ ਗੱਲ ਕੀਤੀ ਸੀ ਕਾਫੀ ਮਕਬੂਲ ਹੋਇਆ ਕਈ ਮੁੰਡੇ ਰਿਸਾ ਵੀ ਲਾਉਣ ਲੱਗੇ ਉਹੀ ਡਾਇਲੈਕਟ 'ਚ ਗੱਲ ਕਰਨ ਲੱਗੇ ਮੰਨਦੇ ਹੋ ਉਪਲਬਧੀ ਹੈ ਐਜ਼ ਐਨ ਐਕਟਰ ਬਿਲਕੁਲ ਜੀ ਬੜਾ ਚੰਗਾ ਲੱਗਦਾ ਸੀ ਜਦੋਂ ਫੇਸਬੁੱਕ ਤੇ ਜਾਂ ਫੋਨ ਤੇ ਮੈਸੇਜ ਮੇਰੇ ਡਾਇਲੌਗ ਲੋਕੀ ਪੇਜਦੇ ਸੀ ਮੈਨੂੰ ਕਈਆਂ ਨੇ ਮਮਿਕਰੀ ਕੀਤੀ ਸੀ ਸਟੇਜ ਸ਼ੋਜ਼ ਤੇ ਜਾਣਾ ਜਾਂ ਯੂਥ ਫੈਸਟੀਵਲਸ ਦੇਖੇ ਤੇ ਬੜੇ ਬੱਚਿਆਂ ਨੇ ਯੂਥ ਨੇ ਉਹ ਕਰੈਕਟਰ ਕੀਤਾ ਯੂਥ ਫੈਸਟੀਵਲ ਦੇ ਵਿੱਚ ਮੇਰੀ ਮਮਿਕਰੀ ਕੀਤੀ ਮੇਰਾ ਕਰੈਕਟਰ ਯੂਜ਼ ਕਰਕੇ ਕਿਸੇ ਸਕਿਟ ਚ ਕੰਮ ਕੀਤਾ ਮੈਨੂੰ ਦੇਖ ਦੇ ਕੇ ਬਹੁਤ ਮਜ਼ਾ ਆਉਂਦਾ ਸੀ ਉਹ ਵਾਕਈ ਅਚੀਵਮੈਂਟ ਲੱਗਦੀ ਹੈ ਕਿ ਅਸੀਂ ਕੁਝ ਨਵਾਂ ਦਿੱਤਾ ਔਰ ਮੈਨੂੰ ਮਜ਼ਾ ਉਦੋਂ ਜ਼ਿਆਦਾ ਆਉਂਦਾ ਸੀ ਲੋਕਾਂ ਨੇ ਮੇਰਾ ਇੱਕ ਡਾਇਲੋਗ ਬੜਾ ਪਪੂਲਰ ਹੋਇਆ ਸੀ ਜਦੋਂ ਕੋਈ ਗੱਲ ਹੁੰਦੀ ਸੀ ਮੈਨੂੰ ਸਮਝ ਨਹੀਂ ਸੀ ਆਉਂਦੀ ਮੈਨੂੰ ਲੱਗਦਾ ਸੀ ਕਿ ਮੈਂ ਵੀ ਇਹੀ ਗੱਲ ਕਿੱਦਾਂ ਸੇਮ ਹੈਂ ਆ ਉਹ ਬੜਾ ਲੋਕਾਂ ਨੇ ਸਕੂਟਰ ਮੋਟਰਸਾਈਕਲਾਂ ਦੇ ਮਗਰ ਵੀ ਲਖਾਇਆ ਹੋਇਆ ਸੀ ਕਿਦਾਂ ਸੇਮ ਹੀ ਆ ਤਾਂ ਮੈਨੂੰ ਉਹ ਚੀਜ਼ ਦਾ ਬਹੁਤ ਮਜ਼ਾ ਆਉਂਦਾ ਸੀ ਅੱਛਾ ਅੱਗੇ ਮੁੰਡੇ ਯੂਕੇ ਦੇ ਇਸ ਫਿਲਮ ਦਾ ਜਿਹੜਾ ਸੀ ਸੀਕਵਲ ਬਣ ਰਿਹਾ ਤੇ ਇਸ ਫਿਲਮ 'ਚ ਤੁਸੀਂ ਕਿਸ ਤਰ੍ਹਾਂ ਦੇ ਕਿਰਦਾਰ 'ਚ ਨਜ਼ਰ ਆਉਂਗੇ ਕੀ ਉਸੇ ਡਾਇਲੈਕਟ 'ਚ ਨਜ਼ਰ ਆਉਂਗੇ ਜਾਂ ਕੁਝ ਵੱਖਰਾ ਹੋਏਗਾ ਆ ਇਹ ਕਹਿਣਾ ਕਿਦਾਂ ਦੀ ਸ਼ੀਟ ਚ ਨਜ਼ਰ ਆਵਾਂਗਾ ਇਹ ਕਹਿਣਾ ਮੇਰੇ ਖਿਆਲ ਨਾਲ ਪਿਕਚਰ ਰਿਵੀਲ ਕਰਨ ਵਾਲੀ ਗੱਲ ਹੋਏਗੀ ਕਿਉਂਕਿ ਛੋਟੀ ਜੀ ਥਿਨ ਜੀ ਲੇਅਰ ਹੈ ਜੀ ਅਸੀਂ ਉਹ ਲੇਅਰ ਕਰਾਸ ਕਰਕੇ ਤਾਂ ਪਿਕਚਰ ਰਿਵੀਲ ਹੋ ਜਾਏਗੀ ਪਰ ਲੋਕਾਂ ਨੂੰ ਮਜ਼ਾ ਬਹੁਤ ਆਏਗਾ ਉਹ ਜਿਹੜਾ ਕੈਰੈਕਟਰ ਲੋਕਾਂ ਨੂੰ ਯਾਦ ਸੀ ਮੇਰਾ ਉਹ ਵੀ ਇਹਦੇ ਚ ਦੇਖਣ ਨੂੰ ਮਿਲੇਗਾ ਡਿਫਰੈਂਟ ਸ਼ੇਡਸ ਵੀ ਦੇਖਣ ਨੂੰ ਮਿਲਣਗੇ ਮੇਰੇ ਖਿਆਲ ਨਾਲ ਲੋਕੀ ਮੇਰੀ ਜਿਹੜੀ ਪਰਫਾਰਮੈਂਸ ਹੈ ਪਹਿਲੀ ਫਿਲਮ ਨਾਲੋਂ ਵੀ ਜ਼ਿਆਦਾ ਇਹਦੇ ਚ ਇੰਜੋਏ ਕਰਨਗੇ ਜੀ ਅੱਛਾ ਆਪਾਂ ਕਾਮੇਡੀ ਦੀ ਗੱਲ ਕਰੀਏ ਜਿਹੜਾ ਕਾਮੇਡੀ ਦੇ ਜਿਹੜੇ ਕਿਸਮਾਂ ਨੇ ਜਿਸ ਤਰ੍ਹਾਂ ਆਪਾਂ ਕਹਿੰਨੇ ਇੱਕ ਡੈੱਡ ਪੈਨ ਕਾਮੇਡੀ ਤੇ ਲਾਊਡ ਕਾਮੇਡੀ ਤਾਂ ਡੀ ਇਹ ਕਿਸਮ ਦੀ ਗੱਲ ਪੁੱਛੀ ਆਵੇ ਕਿਹੜੀ ਕਿਸਮ ਹੋਏਗੀ ਮੈਂ ਆਪਣੀ ਜੇ ਕੈਪੇਬਿਲਟੀ ਦੀ ਗੱਲ ਕਰਾਂ ਤਾਂ ਮੈਂ ਹਰ ਤਰ੍ਹਾਂ ਦੀ ਕਰ ਸਕਦਾ ਮੇਰੇ ਜਿੰਨੀ ਲਾਊਡ ਕਾਮੇਡੀ ਵੀ ਕੋਈ ਨਹੀਂ ਕਰ ਸਕਦਾ ਮੇਰੇ ਜਿੰਨੀ ਸਟਲ ਕਾਮੇਡੀ ਵੀ ਮੈਨੂੰ ਲੱਗਦਾ ਨਹੀਂ ਕੋਈ ਕਰ ਸਕਦਾ ਮੈਂ ਮੇਰਾ ਕੌਨਫੀਡੈਂਸ ਇਹ ਕੰਨ ਹੈ ਬਟ ਮੈਂ ਇਨ ਬੀਟਵੀਨ ਰਹਿਣਾ ਮੈਂ ਇਨਾ ਸਟਲ ਵੀ ਨਹੀਂ ਕਰਨਾ ਚਾਹੁੰਦਾ ਕਿ ਉਹ ਸਾਡੇ ਲੋਕਾਂ ਦੇ ਸਿਰ ਤੋਂ ਲੰਘ ਜੇ ਕਿਉਂਕਿ ਅਜੇ ਤੱਕ ਉਸ ਤਰ੍ਹਾਂ ਦਾ ਸਿਨੇਮਾ ਪੰਜਾਬੀ ਚ ਆਇਆ ਨਹੀਂ ਬਹੁਤ ਜ਼ਿਆਦਾ ਸਟਲ ਹਿਊਮਰ ਵਾਲਾ ਉਹ ਜਿਹੜਾ ਅਮੋਲ ਪਾਲੇਕਰ ਵਾਲਾ ਹਿਊਮਰ ਹੁੰਦਾ ਸੀ ਉਹਦਾ ਦਾ ਹਿਊਮਰ ਅਜੇ ਸਾਡੇ ਲੋਕਾਂ ਨੂੰ ਨਹੀਂ ਹਜ਼ਮ ਹੁੰਦਾ ਮੈਂ ਉਹ ਵੀ ਨਹੀਂ ਕਰਨਾ ਚਾਹੁੰਦਾ ਔਰ ਮੈਂ ਬਹੁਤ ਜ਼ਿਆਦਾ ਲਾਊਡ ਹੋਣ ਤੋਂ ਵੀ ਮੈਨੂੰ ਬੜੀ ਕੋਫਤ ਆਉਂਦੀ ਹੈ ਦਾ ਮਤਲਬ ਤੁਹਾਡੇ ਕੋਲ ਕੋਈ ਚੀਜ਼ਾਂ ਦੀ ਹੁਣ ਕਮੀ ਐ ਜਿਹੜਾ ਤੁਸੀਂ ਜ਼ੋਰ ਲਾ ਲਾ ਕੇ ਲੋਕਾਂ ਦੇ ਮੁੱਕੇ ਮਾਰੇ ਹੱਸੋ 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 ਵਾਲੀ ਚੀਜ਼ ਤੋਂ ਵੀ ਮੈਨੂੰ ਥੋੜੀ ਜੀ ਕੋਫਤ ਆਉਂਦੀ ਐ ਜੀ ਮੈਂ ਇਨ ਬਿਟਵੀਨ ਰਹਿ ਕੇ ਕੰਮ ਕਰਨਾ ਚਾਹੁੰਦਾ ਲਾਊਡ ਆਨ ਦਾ ਟਾਈਮ ਲਾਊਡ ਹੋ ਜਾਣਾ ਬਟ ਮੈਂ ਬਾਕੀ ਸਟਰਲ ਪਰਫਾਰਮ ਕਰਨਾ ਮੈਨੂੰ ਚੰਗਾ ਲੱਗਦਾ ਗੁਰਪ੍ਰੀਤ ਜੀ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੇ ਇੱਕ ਵਾਰੀ ਲੋਕ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਦੇਣ ਜਿਸ ਤਰ੍ਹਾਂ ਮੁੰਡੇ ਯੂਕੇ ਚ ਦਿੱਤਾ ਥੈਂਕ ਯੂ ਬਹੁਤ ਮਜ਼ਾ ਆਂਦਾ ਜੀ ਮੇਰਾ ਤੇ ਦਿਲ ਕਰਦਾ ਮੈਂ ਡੀ ਐਂਡ ਨਾਈਟ ਤੁਹਾਡੇ ਨਾਲ ਹੀ ਗੱਲ ਕਰਦਾ ਰਹਾ ਮੈਂ ਥੈਂ ਪੰਜਾਬੀ ਫਿਲਮ ਆਗੇ ਮੁੰਡੇ ਯੂਕੇ ਦੀ ਗੱਲ ਕਰੀਏ ਤੇ ਇਸ ਵਿੱਚ ਇੱਕ ਹੋਰ ਬਹੁਤ ਹੀ ਕਾਬਿਲ ਤੇ ਹੁਨਾਰ ਐਕਟਰ ਦੇਖਣ ਨੂੰ ਮਿਲਣਗੇ ਰਾਣਾ ਰਣਵੀ ਜਿਨ੍ਹਾਂ ਨੇ ਕੀ ਇਸ ਫਿਲਮ ਦਾ ਸੰਵਾਦ ਵੀ ਲਿਖਿਆ ਭਾਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਡੇ ਐਂਡ ਨਾਈਟ న్యూਸ ਥੈਂਕ ਯੂ ਵੈਰੀ ਮੱਚ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਫਿਲਮ ਦੇ ਤੁਸੀਂ ਸੰਵਾਦ ਲਿਖਿਆ ਤੇ ਕਿਸ ਤਰ੍ਹਾਂ ਤੁਸੀਂ ਤੁਹਾਡੀ ਜਿਹੜੀ ਲੇਖਣੀ ਹੈ ਦਰਸ਼ਕਾਂ ਤੱਕ ਪਹੁੰਚੇਗੀ ਦੇਖਣ ਨੂੰ ਮਿਲੇਗੀ ਬੜਾ ਸਵਾਲ ਹੁੰਦਾ ਜਦੋਂ ਫਿਲਮ ਬਣ ਕੇ ਤਿਆਰ ਹੋ ਜਾਂਦੀ ਹੈ ਇਸਿਨਮੇ ਚ ਲੱਗਦੀ ਹੈ ਤਾਂ ਤੁਹਾਡੇ ਬੋਲੇ ਹੋਏ ਡਾਇਲੋਗ ਲਿਖੇ ਹੋਏ ਡਾਇਲੋਗ ਅਲੱਗ-ਅਲੱਗ ਕਿਰਦਾਰ ਬੋਲਨੇ ਲੋਕ ਇੰਜੋਏ ਕਰ ਰਹੇ ਨੇ ਤਾਂ ਸਮੁੱਚੀ ਫਿਲਮ ਦਾ ਹਿੱਸਾ ਤੁਸੀਂ ਮਹਿਸੂਸ ਕਰਦੇ ਵੈਸੇ ਦਾ ਹਰੇਕ ਬੰਦਾ ਹੀ ਹੁੰਦਾ ਪਰ ਜਦੋਂ ਤੁਹਾਡੇ ਕੋਲੇ ਹਰੇਕ ਕਿਰਦਾਰ ਤੁਹਾਡੀ ਕਲਮ ਚੋਂ ਨਿਕਲਿਆ ਹੋਵੇ ਤੁਹਾਡੇ ਦਿਮਾਗ ਚੋਂ ਗਿਆ ਹੋਵੇ ਤਾਂ ਤੁਹਾਨੂੰ ਹੋਰ ਜ਼ਿਆਦਾ ਮਜ਼ਾ ਆਉਂਦਾ ਔਰ ਪਰ ਇੱਕ ਜਿੰਮੇਵਾਰੀ ਵੱਡੀ ਸੀਗੀ ਕਿਉਂਕਿ ਪਹਿਲਾ ਫਿਲਮ ਲੋਕਾਂ ਨੇ ਬਹੁਤ ਲਾਇਕ ਕੀਤੀ ਸੀ ਔਰ ਮੇਰੀ ਪਹਿਲੀ ਫਿਲਮ ਸੀ ਉਹ ਔਰ ਪਹਿਲੀ ਫਿਲਮ ਲਿਖੀ ਸੀ ਤਾਂ ਉਹਨੂੰ ਸਫਲਤਾ ਹੀ ਮਿਲੀ ਲੋਕਾਂ ਨੇ ਪਸੰਦ ਕੀਤੀ ਤਾਂ ਇਸ ਵਾਰ ਇਹ ਸੀ ਕਿ ਕਿਤੇ ਉਹ ਤੋਂ ਥੋੜਾ ਜਿਹਾ ਅੱਗੇ ਜਾਣ ਦੀ ਕੋਸ਼ਿਸ਼ ਕਰੀਏ ਔਰ ਉਸ ਦੇ ਬਰਾਬਰ ਦਾ ਰੱਖ ਕੇ ਐਂਟਰਟੇਨਮੈਂਟ ਔਰ ਹਿਊਮਰ ਔਰ ਕਾਮੇਡੀ ਉਹਨੂੰ ਥੋੜਾ ਜਿਹਾ ਹੋਰ ਉੱਪਰ ਲੈ ਕੇ ਜਾਈਏ ਔਰ ਕੋਸ਼ਿਸ਼ ਕਰੀਏ ਕਿ ਲੋਕਾਂ ਦੇ ਪਰਿਵਾਰ ਦੇ ਵਿੱਚ ਬਹਿ ਕੇ ਹੀ ਸੁਣਨ ਵੇਖਣ ਵਾਲੇ ਡਾਇਲੋਗ ਔਰ ਸੀਨ ਹੋਣ ਜੀ ਅੱਛਾ ਤੁਹਾਡੇ ਕਲਾ ਦੇ ਵੱਖਰੇ ਵੱਖਰੇ ਸ਼ੇਡਸ ਦੀ ਗੱਲ ਕਰੀਏ ਭਾਵੇਂ ਉਹ ਲੇਖਣੀ ਹੋਵੇ ਭਾਵੇਂ ਉਹ ਐਕਟਿੰਗ ਹੋਵੇ ਇਹ ਤੁਸੀਂ ਸਾਰੀ ਚੀਜ਼ਾਂ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਕਿਹਾ ਇਦਾਂ ਵੀ ਹੁੰਦਾ ਜਦੋਂ ਤੁਸੀਂ ਲਿਖਦੇ ਹੋ ਐਕਟਿੰਗ ਨਹੀਂ ਕਰਦੇ ਜਾਂ ਜਦੋਂ ਐਕਟਿੰਗ ਕਰਦੇ ਹੋ ਉਦੋਂ ਲਿਖਦੇ ਨਹੀਂ ਕੀ ਤਰੀਕਾ ਹੈ ਤੁਹਾਡਾ ਨਹੀਂ ਮੈਂ ਸਾਰਾ ਕੁਝ ਕਰਦੇ ਹੋਏ ਵੀ ਟਾਈਮ ਕਾਫੀ ਬਚ ਜਾਂਦਾ ਫੇਰ ਮੈਂ ਚੈਟ ਕਰ ਲਾਣਾ ਫੇਰ ਮੈਂ ਨੈਟ ਖੋਲ ਲਾਣਾ ਫੇਸਬੁੱਕ ਤੇ ਚਲੇ ਜਾਣਾ ਮਜ਼ਾ ਹੁੰਦਾ ਵੈਸੇ ਬਹਾਨੇ ਹੁੰਦੇ ਆ ਹਰੇਕ ਬੰਦੇ ਕੋਲੇ ਕਿ ਮੈਂ ਬਿਜ਼ੀ ਆਂ ਬਿਜ਼ੀ ਆਂ ਇੰਨਾ ਬਿਜ਼ੀ ਨਹੀਂ ਹੁੰਦਾ ਬੰਦਾ ਕਿ ਇੱਕ ਟਾਈਮ ਤੇ ਕਈ ਕੰਮ ਨਾ ਕਰ ਸਕੇ ਹਾਂ ਮੇਰੀ ਇੱਕ ਐਕਟਰ ਦੇ ਤੌਰ ਤੇ ਵੀ ਗਰੋਥ ਹੁੰਦੀ ਹੈ ਜਦੋਂ ਮੈਂ ਲਿਖਦਾ ਔਰ ਜਦੋਂ ਮੈਂ ਐਕਟਿੰਗ ਕਰਦਾ ਉਦੋਂ ਮੇਰਾ ਇੱਕ ਰਾਈਟਰ ਗਰੋ ਕਰ ਰਿਹਾ ਹੁੰਦਾ ਹੈ ਜਦੋਂ ਮੈਂ ਕਿਸੇ ਹੋਰ ਦੇ ਲਿਖੇ ਹੋਏ ਸੰਵਾਦ ਬੋਲ ਰਿਹਾ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਹ ਬਹੁਤ ਕਬਾਲ ਲਿਖਿਆ ਹੈ ਇਹ ਠੀਕ ਨਹੀਂ ਲਿਖਿਆ ਐਂ ਲਿਖਿਆ ਜਾ ਸਕਦਾ ਸੀ ਤੇ ਉਦੋਂ ਮੇਰਾ ਇੱਕ ਅੰਦਰ ਰਾਈਟਰ ਬੋਲਦਾ ਰਹਿੰਦਾ ਸੋ ਕਾਬਤਾ ਵੀ ਚੱਲਦੀ ਹੈ ਨਾਲ-ਨਾਲ ਨਾਲ-ਨਾਲ ਸੋਸ਼ਲ ਕ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਤੁਹਾਡੀ ਡਿਊਟੀ ਲੱਗੀ ਹੈ ਤੁਹਾਨੂੰ ਕੁਝ ਆਉਂਦਾ ਹੈ ਤਾਂ ਉਹਨੂੰ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਜਾਈਏ ਜੀ ਅੱਛਾ ਇਸ ਫਿਲਮ ਚ ਕਿਸ ਤਰ੍ਹਾਂ ਦਾ ਕਿਰਦਾਰ ਹੈ ਜ ਆਪਾਂ ਕਿਰਦਾਰ ਦੀ ਗੱਲ ਕਰੀਏ ਮੇਰਾ ਕਿਰਦਾਰ ਤਾਂ ਪਿੰਡ ਦੇ ਵਿੱਚ ਹੈ ਜੀ ਕਹਾਣੀ ਪਿੰਡ ਤੇ ਸ਼ਹਿਰ ਦੇ ਵਿੱਚ ਚੱਲਦੀ ਹੈ ਔਰ ਸਾਡੇ ਕਿਰਦਾਰ ਜਿਹੜੇ ਮੇਨ ਜਮੀ ਸ਼ੇਰ ਗਿਲ ਜੀ ਔਰ ਉਹਨਾਂ ਨਾਲ ਗੁਰਪ੍ਰੀਤ ਕੁੱਕੀ ਜਦੋਂ ਪਿੰਡ ਆਉਂਦੇ ਨੇ ਜੀ ਪਿੰਡ ਦੇ ਵਿੱਚ ਉਹਨਾਂ ਦਾ ਆਉਣਾ ਹੁੰਦਾ ਤਾਂ ਉਹ ਮੈਂ ਕਿਰਦਾਰ ਉਹਨਾਂ ਨੂੰ ਉੱਥੇ ਮਿਲਦਾ ਮੈਂ ਉਹਨਾਂ ਦਾ ਹਿੱਸਾ ਬਣਦਾ ਜਾਂ ਉਹਨਾਂ ਨੂੰ ਟੁੱਟਦਾ ਜਾਂ ਮੈਂ ਕਹਾਣੀ ਨੂੰ ਅੱਗੇ ਲੈ ਕੇ ਜਾਣਾ ਸੋ ਮੈਂ ਕਿਤਨਾ ਕਿਤੇ ਤੰਦ ਬਣਦਾ ਹੀਰੋ ਹੀਰੋਇਨ ਦੇ ਵਿੱਚ ਕਹਿ ਲੋ ਜਾਂ ਦੋਸਤਾਂ ਦੇ ਵਿੱਚ ਕਹਿ ਲੋ ਸੋ ਉਸ ਤੰਦ ਨੂੰ ਨਿਭਾਉਣ ਦੇ ਵਿੱਚ ਮੈਂ ਕਿੰਨਾ ਕਾਮਯਾਬ ਹੋਣਾ ਹੈ ਤਾਂ ਆਉਣ ਵਾਲੀ ਸਮਾਂ ਦੱਸੂਗਾ ਪਰ ਕੋਸ਼ਿਸ਼ ਇਹ ਹੈ ਕਿ ਵੱਖਰੇ ਰੰਗ ਦੇ ਕਿਰਦਾਰ ਨੇ ਗੁੱਗੂ ਪਾਈ ਦਾ ਕਿਰਦਾਰ ਬਹੁਤ ਵੱਖਰਾ ਹੈ ਦੀਪਾ ਜੀ ਦਾ ਬਿੰਨੂ ਟਲੋਂ ਦਾ ਖਸ਼ਬੂ ਗਰੇਵਾਲ ਔਰ ਥੀਏਟਰ ਦੇ ਕੁਝ ਬੰਦੇ ਅਸੀਂ ਲਏ ਨੇ ਜਿਨ੍ਹਾਂ ਨੂੰ ਕਦੇ ਕੋਈ ਪੁੱਛਦਾ ਨਹੀਂ ਬ੍ਰੇਕ ਨਹੀਂ ਦਿੰਦਾ ਹੌਲੀ ਹੌਲੀ ਸਾਰਿਆਂ ਨੇ ਮੰਨ ਜੀ ਬਾਕੀ ਫਿਲਮਾਂ ਵਾਲੇ ਅਨੁਰਾਗ ਜੀ ਸਾਰਿਆਂ ਨੂੰ ਮੌਕਾ ਦੇ ਰਹੇ ਨੇ ਨਵਨੀਤ ਥੋੜੀ ਮੌਕਾ ਦੇ ਰਹੇ ਨੇ ਸਿਮਰ ਜੀ ਥੋੜੀ ਮੌਕਾ ਦੇ ਰਹੇ ਨੇ ਸੋ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਥੀਏਟਰ ਵਾਲੇ ਆਰਟਿਸਟ ਜਿਹੜੇ ਪਿਓਰ ਨੇ ਜਿਨ੍ਹਾਂ ਨੂੰ ਟ੍ਰੇਨਡ ਨੇ ਤੁਹਾਡਾ ਸਮਾਂ ਵੀ ਬਚਦਾ ਹੈ ਤੁਹਾਡੇ ਕਿਰਦਾਰ ਨੂੰ ਹੈਲਦੀ ਵੀ ਕਰਦੇ ਆ ਉੱਪਰ ਵੀ ਲੈ ਕੇ ਜਾਂਦੇ ਵਾਤ ਐਕਟਿੰਗ ਨੂੰ ਇੱਕ ਵਾਰੀ ਫੇਰ ਬਹੁਤ ਪਸੰਦ ਕੀਤਾ। ਥੈਂਕ ਯੂ ਵੈਰੀ ਮਚ। ਸੋ ਨਾਈਸ। ਥੈਂਕ ਯੂ ਜੀ। اے ਸੀ ਕੇ ਸਾਡੇ ਨਾਲ ਸਾਡਾ ਰਣਬੀਰ ਜੋ ਕਿ ਇੱਕ ਵਾਰੀ ਤਿਆਰ ਨੇ ਫੇਰ ਇਸ ਫਿਲਮ 'ਚ ਆਪਣਾ ਸੰਵਾਦ ਤੇ ਆਪਣੇ ਐਕਟਿੰਗ ਦੇ ਕਲਾਕਾਰੀ ਨੂੰ ਅੱਗੇ ਲੈ ਕੇ ਆਉਣ ਲਈ। ਕੈਮਰਾਮੈਨ ਵਿਨੇਪਰ ਦਵਾਸ ਦੇ ਨਾਲ ਜੈਦੀਪ ਮਿਤਰਾ ਡੇ ਨਾਈਟ న్యూਸ ਚੰਡੀਗੜ੍ਹ। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਅਸੀਂ ਦਿਖਾਂਗੇ YouTube ਤੇ। ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ